ਕੈਨੇਡਾ ਦੇ ਨਾਗਰਿਕਾ ਦੇ ਲਈ ਵੱਡੀ ਖੁਸ਼ਖਬਰੀ ਹੈ ਜੀਹਾਂ ਦੱਸਦੀ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਮਹੀਨਿਆਂ ਤੋਂ ਜਿਹੜਾ ਭਾਰਤ ਤੇ ਕੈਨੇਡਾ ਦੇ ਵਿਚਕਾਰ ਵਿਵਾਦ ਚੱਲ ਰਿਹਾ ਸੀ ਤੇ ਭਾਰਤ ਦੇ ਵੱਲੋਂ ਸਖਤ ਐਕਸ਼ਨ ਲਏ ਗਏ ਸਨ ਤੇ ਭਾਰਤ ਨੇ ਕੈਨੇਡੀਅਨ ਨਾਗਰਿਕਾ ਦੀ ਜਿਹੜੀ ਈ ਸੇਵਾਵਾਂ ਮਾਂ ਬੰਦ ਕਰ ਦਿੱਤੀਆਂ ਸੀ ਤੇ ਉਸ ਨੂੰ ਲੈ ਕੇ ਵੱਡੀ ਜਾਣਕਾਰੀ ਆਈ ਹੈ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਭਾਰਤ ਦੇ ਵੱਲੋਂ ਮੁਰਤੋਂ ਈ ਸੇਵਾਵਾਂ ਮ ਬਹਾਲ ਕਰ ਦਿੱਤੀਆਂ ਗਈਆਂ ਜਿਹਾਂ ਦੱਸਦੀਏ ਕਿ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਕੈਨੇਡਾ ਦਰਮਿਆਨ ਤਕਰੀਬਨ 2 ਮਹੀਨਿਆਂ ਦੇ ਸਿਫਾਰਤੀ ਤਨਾ ਤੋਂ ਬਾਅਦ ਕੈਨੇਡਾ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਹੈ ਭਾਰਤ ਨੇ ਮੁਰਤੋਂ ਈ ਵੀਜ਼ਾ ਦੀਆਂ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਉਸ ਵੇਲੇ ਹੋਇਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਦੇ ਵਰਚੁਅਲ ਮੀਟਿੰਗ ਦੇ ਵਿੱਚ ਇੱਕ ਦੂਸਰੇ ਦੇ ਅਮੋ ਸਾਹਮਣੇ ਹੋਣਗੇ ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੀਆਂ ਇਸ ਡਿਜੀਟਲ G20 ਮੀਟਿੰਗ ਦੇ ਉਹ ਪਹਿਲਾ ਇਹ ਭਾਰਤ ਦੇ ਵੱਲੋਂ ਦੋਵੇਂ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਮੁੜ ਲਹਿ ਉੱਤੇ ਲਿਆਉਣ ਦਾ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਭਾਰਤ ਅਤੇ ਕੈਨੇਡਾ ਦਰਮਿਆਨ ਸੰਬੰਧਾਂ ਦੇ ਵਿੱਚ ਆਏ ਨਿਗਾਰ ਤੋਂ ਬਾਅਦ ਭਾਰਤ ਨੇ 21 ਸਤੰਬਰ ਨੂੰ ਕੈਨੇਡਾ ਦੇ ਨਾਗਰਿਕਾਂ ਦੇ ਲਈ ਮੁੜ ਤੋਂ ਮਾਫ ਕਰਨਾ ਕੈਨੇਡਾ ਦੇ ਨਾਗਰਿਕਾਂ ਦੇ ਲਈ ਈ ਸੇਵਾ ਮਾ ਮੋਤਲ ਕਰ ਦਿੱਤੀਆਂ ਜਿਸ ਤੋਂ ਬਾਅਦ 26 ਅਕਤੂਬਰ ਤੋਂ ਸਰਕਾਰ ਨੇ ਚਾਰ ਵਰਗਾ ਦੇ ਲਈ ਵੀਜ਼ਾ ਸੇਵਾ ਮਾ ਸ਼ੁਰੂ ਕਰ ਦਿੱਤੀਆਂ ਸੀ ਉਸ ਸਮੇਂ ਕੈਨੇਡਾ ਦੇ ਨਾਗਰਿਕ ਕਾਰੋਬਾਰ ਮੈਡੀਕਲ ਕਾਨਫਰੰਸ ਅਤੇ ਦਾਖਲੇ ਦੇ ਲਈ ਅਪਲਾਈ ਕਰ ਰਹੇ ਸਨ ਹੁਣ ਭਾਰਤ ਦੇ ਵੱਲੋਂ ਇਸ ਦੇ ਅਗਲੇ ਕਦਮ ਤੋਂ ਬਾਅਦ ਕੈਨੇਡਾ ਦੇ ਨਾਗਰਿਕਾਂ ਦੇ ਲਈ ਟੂਰਿਸਟ ਸਮੇਤ ਸਾਰੇ ਵਰਗਾਂ ਦੇ ਵਿੱਚ ਵੀਜ਼ੇ ਸ਼ੁਰੂ ਕਰ ਦਿੱਤੇ ਗਏ ਨੇ ਉੱਧਰ ਭਾਰਤ ਦੇ ਵੱਲੋਂ ਕੈਨੇਡਾ ਦੇ ਨਾਗਰਿਕਾਂ ਦੇ ਲਈ ਈ ਸੇਵਾਵਾਂ ਮੁਣ ਸ਼ੁਰੂ ਕਰਨ ਦੇ ਲਈ ਕੈਨੇਡਾ ਰਹਿੰਦੇ ਭਾਰਤੀ ਭਾਈਚਾਰੇ ਦੇ ਲਈ ਖੁਸ਼ੀ ਦੀ ਲਹਿਰ ਦੌੜ ਗਈ ਹੈ ਹਰ ਸਾਲ ਅਕਤੂਬਰ ਤੋਂ ਲੈ ਕੇ ਅਪ੍ਰੈਲ ਤੱਕ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵਾਸੀ ਭਾਰਤ ਖਾਸ ਤੌਰ ਉਤੇ ਪੰਜਾਬ ਦੇ ਵਿੱਚ ਆਂਦੇ ਨੇ ਬੀਤੀਤ 26 ਅਕਤੂਬਰ ਨੂੰ ਕੁਝ ਸ਼ਰਤਾ ਤਹਿਤ ਭਾਰਤੀ ਮੂਲ ਦੇ ਲੋਕ ਜਿਹੜੇ ਵਾਸਤਵ ਐਂਟਰੀ ਵੀਜ਼ਾ ਤੇ ਐਮਰਜੈਂਸੀ ਵੀਜ਼ਾ ਬਹਾਲ ਕੀਤੇ ਗਏ ਸਨ ਜੋ ਕਿ ਲੋਕਾਂ ਨੂੰ ਕੈਨੇਡਾ ਦੇ ਵਿੱਚ ਭਾਰਤੀ ਵੀਜ਼ਾ ਦਫ਼ਤਰਾਂ ਦੇ ਵਿੱਚ ਜਾ ਕੇ ਅਪਲਾਈ ਕਰਨੇ ਲਾਜ਼ਮੀ ਸੀ ਬੀਐਲਐਸ ਦੇ ਵਿੱਚ ਸੀਮਤ ਸਟਾਫ ਅਤੇ ਸਾਧਨ ਹੋਣ ਕਾਰਨ ਦਫ਼ਤਰਾਂ ਦੇ ਬਾਹਰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੀਆਂ ਲੰਬੀਆਂ ਲਾਈਨਾਂ ਦਿਨ ਰਾਤ ਲੱਗੀਆਂ ਰਹਿੰਦੀਆਂ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮંત્રી ਨੇ ਭਾਰਤ ਸਰਕਾਰ ਦੇ ਵੱਲੋਂ ਈ-ਸੇਵਾਵਾਂ ਬਹਾਲ ਕਰਨ ਨੂੰ ਇੱਕ ਸਹੀ ਦਿਸ਼ਾ ਦੇ ਵੱਲ ਇਹ ਕਦਮ ਦੱਸਿਆ ਹੈ ਦਰਅਸਲ ਇਹ ਪੂਰਾ ਜੋ ਕਹ ਲੀਏ ਕੀ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਇਹ ਫੈਸਲਾ ਤਾਂ ਲੈ ਲਿਆ ਗਿਆ ਹੈ ਦਰਅਸਲ ਇਹ ਫੈਸਲਾ ਜਿਹੜਾ ਹੈ ਜਾਂ ਫਿਰ ਇਹ ਵਿਵਾਦ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਜੀ20 ਸੰਮੇਲਨ ਦੇ ਦੌਰਾਨ ਜਸਟਿਨ ਟਰੂਡੋ ਜਿਹੜੇ ਹੈ ਭਾਰਤ ਆਉਂਦੇ ਨੇ ਤਾਂ ਉਸ ਵੇਲੇ ਉਹਨਾਂ ਦੇ ਵੱਲੋਂ ਨਿਜਰ ਹਤਿਆਕਾਰਨ ਦੇ ਮਸਲੇ ਦੇ ਉੱਪਰ ਭਾਰਤ ਦੀਆਂ ਜਿਹੜੀ ਖੂਫੀਆ ਏਜੰਸੀਆਂ ਨੇ ਉਹਨਾਂ ਨੂੰ ਜ਼ਿੰਮੇਵਾਰ ਟਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਵਿਵਾਦ ਪਖਿਆ ਤੇ ਜਦੋਂ ਟਰੂਡੋ ਆਪਣੇ ਦੇਸ਼ ਗਏ ਤਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਭਾਰਤ ਤੇ ਉੱਪਰ ਇਸ ਬਾਬਤ ਇਲਜ਼ਾਮ ਲਗਾਏ ਤੇ ਜਿਸ ਤੋਂ ਬਾਅਦ ਭਾਰਤ ਸਰਕਾਰ ਹਰਕਤ ਦੇ ਵਿੱਚ ਆਂਦੀ ਹੈ ਭਾਰਤ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ بار بار ਕਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੰ ਜਿਹੜੇ ਕਿ ਭਾਰਤੀ ਮੂਲ ਦੇ ਨਿਤ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਕਿ ਉਹਨਾਂ ਇਲਾਕਿਆਂ ਦੇ ਵਿੱਚ ਨਾ ਜਾਓ ਜਿੱਥੇ ਕਿ ਗਰਮ ਖਿਆਲੀਆਂ ਦੀਆਂ ਗਤੀਵਿਧੀਆਂ ਵੱਧ ਹੈ ਇਸ ਦੇ ਨਾਲ ਹੀ ਫਿਰ بار بار ਕੈਨੇਡੀਅਨ ਸਰਕਾਰ ਦੇ ਵੱਲੋਂ ਵੀ ਆਪਣੇ ਨਾਗਰਿਕ ਜਿਹੜੇ ਭਾਰਤੀ ਜਿਹੜੇ ਕੈਨੇਡੀਅਨ ਮੂਲ ਦੇ ਨੇ ਭਾਰਤ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਕਿਹਾ ਗਿਆ ਜੰਮੂ ਕਸ਼ਮੀਰ ਤੋਂ ਲੈ ਕੇ ਕਈ ਬਾਰਡਰ ਇਲਾਕਿਆਂ ਦੇ ਵਿੱਚ ਨਾ ਜਾਣ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਇਸ ਤੋਂ ਬਾਅਦ ਲਗਾਤਾਰ ਹੀ ਇਹ ਮਾਮਲਾ ਇਸ ਕਦਰ ਪੱਕਾ ਹੈ ਕਿ ਆਮ ਲੋਕ ਇਸ ਕਦਰ ਕਹਿ ਲਏ ਕਾਫੀ ਜ਼ਿਆਦਾ ਦਿੱਕਤਾਂ ਦੇ ਵਿੱਚ ਆਏ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਨੇ ਕੈਨੇਡਾ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਨਾਲ ਹੀ ਜਿਹੜੇ ਕੀ एनआरआईस ਨੇ ਉਹ ਪੰਜਾਬ ਦੇ ਵਿੱਚ ਇਸ ਸਮੇਂ ਦੌਰਾਨ ਆਉਂਦੇ ਨੇ ਤੇ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਕਰਦੇ ਨੇ ਤੇ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਅਜਿਹੇ ਖੇਤਰ ਵੀ ਨੇ ਜਿੱਥੇ ਕਿ ਐਨਆਰਆਈਸ ਦੀ ਇਨਵੈਸਟਮੈਂਟ ਕਾਫੀ ਯੋਗਦਾਨ ਦਿੰਦੀ ਹੈ ਉਸ ਦੇ ਉੱਪਰ ਵੀ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਸੀ ਤੇ ਹੁਣ ਵੱਡੀ ਖੁਸ਼ਖਬਰੀ ਹੈ ਜਿਹੜੇ ਕੈਨੇਡੀਅਨ ਨਾਗਰਿਕ ਨੇ ਭਾਰਤੀ ਮੂਲ ਦੇ ਨੇ ਤੇ ਉਹ ਹੁਣ ਭਾਰਤ ਆ ਸਕਦੇ ਨੇ ਆਸਾਨੀ ਦੇ ਨਾਲ ਈ ਵੀਜ਼ਾ ਸੇਵਾਵਾਂ ਮਾ ਸ਼ੁਰੂ ਹੋ ਚੁੱਕੀ ਹੈ ਨੇ ਜਿਸ ਦੇ ਵਿੱਚ ਟਰੂਡੋ ਦੇ ਵੱਲੋਂ ਇਹ ਇੱਕ ਚੰਗਾ ਕਦਮ ਦੱਸਿਆ ਗਿਆ ਕਿ ਭਾਰਤ ਸਰਕਾਰ ਦੇ ਵੱਲੋਂ ਲਿਆ ਗਿਆ ਇਸ ਤਰੀਕੇ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ